ਗੱਲ ਜਲੰਧਰ ਪੱਛਮੀ ਦੀ ਉਹ ਚੱਲ ਰਹੀ ਆ, ਅਤੇ ਪਰ ਜੇ ਮੈਂ ਜਲੰਧਰ ਖੇਤਰ ਦੇ ਹਿਸਾਬ ਨਾਲ ਗੱਲ ਕਰਾਂ, ਮਤਲਬ 2022 ਦੀਆਂ ਵਿਧਾਨ ਸਭਾ ਚੋਣਾਂ, ਫਿਰ ਜ਼ਿਮਨੀ ਚੋਣ ਹੈ ਨਾ, ਆ ਫਿਰ 2024 ਦੀਆਂ ਆਮ ਚੋਣਾਂ, ਲੋਕ ਸਭਾ ਚੋਣਾਂ, ਅਤੇ ਹੁਣ ਫਿਰ ਜ਼ਿਮਨੀ ਚੋਣ। ਜੇ ਮੈਂ ਇਸ ਸਮੇਂ ਦੀ ਉਹ ਗੱਲ ਕਰਾਂ, 2022-23-24 ਤਿੰਨ ਸਾਲਾਂ ਦੀ ਉਹ ਗੱਲ ਕਰ ਲਵਾਂ, ਤਾਂ ਇਹ ਸਭ ਦੇ ਦਰਮਿਆਨ ਜਲੰਧਰ 'ਚ ਇੰਨੀਆਂ ਦਲ ਬਦਲੀਆਂ ਹੋਈਆਂ ਕਿ ਦਲ ਬਦਲੂਆਂ ਦੀ ਮੰਡੀ ਲੱਗਣ ਲੱਗ ਪਿਆ ਜਲੰਧਰ, ਜਿਹੜਾ ਜਲੰਧਰ ਪੰਜਾਬ ਦੇ ਵਿੱਚ ਮੀਡੀਆ ਦੀ ਹੱਬ ਵਜੋਂ ਜਾਣਿਆ ਜਾਂਦਾ, ਜਿਹੜਾ ਜਲੰਧਰ ਦੁਨੀਆ ਭਰ ਦੇ ਵਿੱਚ ਖੇਡਾਂ ਦੇ ਸਮਾਨ ਲਈ ਪਹਿਚਾਣਿਆ ਜਾਂਦਾ, ਜਿਹੜੇ ਜਲੰਧਰ ਲੈਦਰ ਦੇ ਸਮਾਨ ਦੇ ਲਈ, ਬੂਟ ਬੈਗ ਇਹਨਾਂ ਚੀਜ਼ਾਂ ਲਈ ਵੀ ਜਾਣਿਆ ਜਾਂਦਾ, ਉਹ ਜਲੰਧਰ ਅੱਜ ਦਲ ਬਦਲੂਆਂ ਦੀ ਮੰਡੀ ਕਰਕੇ ਬਦਨਾਮ ਹੋ ਰਿਹਾ। ਲੀਡਰਾਂ ਦੇ ਇਹ ਕਾਰਿਆਂ ਨੇ ਜਲੰਧਰ ਸ਼ਹਿਰ ਦੀ ਪਹਿਚਾਣ ਹੁਣ ਦਲ ਬਦਲੂਆਂ ਦੇ ਸ਼ਹਿਰ ਵਜੋਂ ਕਰਾ ਦਿੱਤੀ ਹੈ। ਜੀ ਹਾਂ, 10 ਜੁਲਾਈ ਨੂੰ ਜਲੰਧਰ ਪੱਛਮੀ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ, ਅਤੇ ਵੋਟਾਂ ਕਿਉਂ ਪੈਣੀਆਂ ਜੀ? ਦਲ ਬਦਲੀ ਕਰਕੇ। ਸੁਸ਼ੀਲ ਰਿੰਕੂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕੀ ਛੱਡ ਕੇ ਭਾਜਪਾ ਜੁਆਇਨ ਕਰ ਲਈ, ਅਤੇ ਹੁਣ ਚੋਣ ਫਿਰ ਵਿਧਾਇਕੀ ਲਈ ਉਹ ਲੜ ਰਹੇ ਨੇ। ਹਮੇਸ਼ਾ ਕੋਸ਼ਿਸ਼ ਕੀਤੀ ਕਿ ਮੇਰੀ ਵਿਧਾਇਕੀ ਬਚ ਜਾਵੇ, ਪਰ ਅਗਲੇ ਕਹਿੰਦੇ ਅਸਤੀਫਾ ਪ੍ਰਵਾਨ ਆ ਵੀ ਹੁਣ ਨਹੀਂ। ਅਤੇ ਹੁਣ ਆਮ ਆਦਮੀ ਪਾਰਟੀ ਵੀ ਸੋਚਦੀ ਹੁਣ ਜੇ ਪ੍ਰਵਾਨ ਨਾ ਕਰਦੇ ਵਧੀਆ ਰਹਿ ਜਾਂਦੇ, ਸ਼ਾਇਦ ਸਾਡੀ ਵੀ ਸਾਖ ਬਚੀ ਰਹਿੰਦੀ। ਚਲੋ, 10 ਜੁਲਾਈ ਨੂੰ ਜਲੰਧਰ ਪੱਛਮੀ 'ਚ ਜਿਹੜੀ ਚੋਣ ਹੈ ਉਹਦਾ ਕਾਰਨ ਵੀ ਦਲ ਬਦਲੀ ਹੈ। ਜਲੰਧਰ 'ਚ ਸਭ ਤੋਂ ਵੱਧ 6 ਵਾਰ ਜੇਕਰ ਕਿਸੇ ਨੇ ਦਲ ਬਦਲੀ ਕੀਤੀ ਹੈ ਤਾਂ ਉਹਦਾ ਰਿਕਾਰਡ ਵੀ ਜਲੰਧਰ ਦੇ ਨਾਮ 'ਤੇ ਆਉਂਦਾ, ਜਗਵੀਰ ਸਿੰਘ ਬਰਾੜਹੋੜੀ। ਸਭ ਤੋਂ ਵੱਧ 6 ਵਾਰ ਦਲ ਬਦਲੀ ਦੇ ਰਿਕਾਰਡ 'ਚ ਵੀ ਜਲੰਧਰ ਦਾ ਨਾਮ ਵੱਜ ਰਿਹਾ। ਸਾਬਕਾ MLA ਜਗਵੀਰ ਸਿੰਘ ਬਰਾੜ 6 ਦਲ ਬਦਲੀਆਂ ਕਰ ਚੁੱਕਿਆ। ਪਹਿਲਾਂ ਅਕਾਲੀ ਦਲ 'ਚ ਸੀ, ਫਿਰ ਉੱਥੋਂ ਮਨਪ੍ਰੀਤ ਬਾਦਲ ਦੀ ਪਾਰਟੀ PPP 'ਚ ਗਏ, ਫਿਰ ਉੱਥੋਂ ਕਾਂਗਰਸ 'ਚ, ਫਿਰ ਉੱਥੋਂ ਵਾਪਸ ਅਕਾਲੀ ਦਲ, ਫਿਰ ਆਮ ਆਦਮੀ ਪਾਰਟੀ, ਅਤੇ ਹੁਣ ਭਾਜਪਾ। 6 ਦਲਾਂ ਦੇ ਵਿੱਚ ਗਿੜੀ ਫਿਰੀ। ਜੇ ਤੁਸੀਂ ਇਹਨੂੰ ਐਂ ਵੀ ਕਹਿ ਲਓ ਕਿ ਚਲੋ ਅਕਾਲੀ ਦਲ ਤੋਂ ਸ਼ੁਰੂ ਕੀਤਾ, ਤਾਂ ਵੀ 5 ਵਾਰ ਦਲ ਬਦਲੀ ਹੋ ਗਈ। ਅਕਾਲੀ ਦਲ ਤੋਂ PPP ਤੋਂ ਕਾਂਗਰਸ, ਕਾਂਗਰਸ ਤੋਂ ਫਿਰ ਅਕਾਲੀ ਦਲ, ਅਕਾਲੀ ਦਲ ਤੋਂ ਫਿਰ ਆਪ, ਹੁਣ ਆਪ ਤੋਂ ਭਾਜਪਾ। ਰਿਕਾਰਡ ਹੈ ਜੀ। ਇਹੀ ਨਹੀਂ, ਜਲੰਧਰ 'ਚੋਂ ਇਹ ਵੀ ਰਿਕਾਰਡ ਹੈ ਕਿ ਇੱਕੋ ਦਿਨ 'ਚ ਦਲ ਬਦਲੀ ਅਤੇ ਉਸੇ ਦਿਨ ਘਰ ਵਾਪਸੀ। ਸੁਰਜੀਤ ਕੌਰ ਧਿਆਨ 'ਚ ਆ ਰਹੀ ਹੈ? ਨਹੀਂ, ਉਹ ਤੋਂ ਪਹਿਲਾਂ ਵੀ ਹੈ। ਇਹ ਵੀ ਜਲੰਧਰ ਦੇ ਨਾਮ ਹੈ। ਜਲੰਧਰ ਦੇ ਨਾਮ ਇਹ ਵੀ ਰਿਕਾਰਡ ਦਰਜ ਹੋ ਗਿਆ ਕਿ ਜੀ ਸਵੇਰੇ ਦੂਜੀ ਪਾਰਟੀ ਜਾਓ, ਸ਼ਾਮ ਨੂੰ ਆਪਣੀ ਮਾਂ ਪਾਰਟੀ 'ਚ ਜਾਂ ਪੁਰਾਣੀ ਪਾਰਟੀ 'ਚ ਵਾਪਸ ਆ ਜਾਓ। 2023 ਲੋਕ ਸਭਾ ਜ਼ਿਮਨੀ ਚੋਣ, ਜਲੰਧਰ ਲੋਕ ਸਭਾ ਜ਼ਿਮਨੀ, ਸੁਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਬਣਿਆ ਆਮ ਆਦਮੀ ਪਾਰਟੀ ਕੋਲੋਂ। 2023 ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸੀ। ਜਲੰਧਰ 'ਚ ਸਾਬਕਾ MLA ਸੁਰਿੰਦਰ ਚੌਧਰੀ ਨੇ ਸਵੇਰੇ ਆਪ ਸ਼ਮੂਲੀਅਤ ਕੀਤੀ, ਸ਼ਾਮ ਨੂੰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਵਾਪਸ ਕਾਂਗਰਸ 'ਚ ਲਿਆ। ਚਲੋ, 2024 ਜਲੰਧਰ ਪੱਛਮੀ ਵਿਧਾਨ ਸਭਾ ਚੋਣ, ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਸਵੇਰੇ ਭਗਵੰਤ ਮਾਨ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ, ਸ਼ਾਮ ਨੂੰ ਬੀਬੀ ਜਗੀਰ ਕੌਰ ਬਡਾਲਾ ਹੋਰੀ ਉਹਨੂੰ ਵਾਪਸ ਅਕਾਲੀ ਦਲ 'ਚ ਲਿਆਉਂਦੇ ਆ, ਅਤੇ ਅਜੇ ਜਦੋਂ ਕਿ ਚੋਣ ਨਿਸ਼ਾਨ ਨੂੰ ਲੈ ਕੇ ਆਪਸ 'ਚ ਪਾਰਟੀ ਪਟੋ ਤਾੜ ਹੈ। ਪਰ ਇਹ ਰਿਕਾਰਡ ਵੀ ਇੱਕ ਨਹੀਂ ਦੋ ਵਾਰ, ਸਾਬਕਾ MLA ਅਤੇ ਇੱਕ ਮੌਜੂਦਾ MLA ਦੀ ਉਮੀਦਵਾਰ, ਸਵੇਰੇ ਦੂਜੀ ਪਾਰਟੀ, ਸ਼ਾਮ ਨੂੰ ਘਰ ਵਾਪਸੀ। ਇਹ ਦਲ ਬਦਲੀ ਜਲੰਧਰ 'ਚ। ਚਲੋ ਅੱਗੇ ਆ ਜਾਓ, 2022 ਦੀਆਂ ਵਿਧਾਨ ਸਭਾ ਚੋਣਾਂ, ਸ਼ੀਤਲ ਉਂਗਰਾਲ ਭਾਜਪਾ ਤੋਂ ਆਮ ਆਦਮੀ ਪਾਰਟੀ 'ਚ ਆਏ, ਆਮ ਆਦਮੀ ਪਾਰਟੀ ਦੀ ਟਿਕਟ ਮਿਲ ਗਈ, ਚੋਣ ਲੜੇ, MLA ਬਣ ਗਏ। ਆਮ ਚੋਣਾਂ ਸਮੇਂ ਵਿਧਾਇਕੀ ਤੋਂ ਅਸਤੀਫਾ ਦਿੱਤਾ, ਭਾਜਪਾ ਚਲੇ ਗਏ ਸੁਸ਼ੀਲ ਰਿੰਕੂ ਦੇ ਨਾਲ, ਸੀਟ ਬਚਾਉਣ ਦੀ ਕੋਸ਼ਿਸ਼ ਕੀਤੀ, ਵੋਟਾਂ ਪੈਣ ਤੋਂ ਪਹਿਲਾਂ ਕਿਹਾ ਵੀ ਕਿ ਮੈਂ ਅਸਤੀਫਾ ਵਾਪਸ ਲੈਣਾ ਜੀ,
ਉਹਨਾਂ ਨੇ ਅਸਤੀਫਾ ਪ੍ਰਵਾਨ ਕਰ ਲਿਆ, ਹੁਣ ਭਾਜਪਾ ਵੱਲੋਂ ਉਮੀਦਵਾਰ ਲਿਆ। ਸੋ ਪਹਿਲਾਂ ਭਾਜਪਾ ਤੋਂ ਆਪ, ਹੁਣ ਆਪ ਤੋਂ ਫਿਰ ਭਾਜਪਾ, MLA ਬਣ ਕੇ ਵੀ ਅਸਤੀਫਾ ਦੇ ਕੇ ਉੱਤਰ ਗਏ। ਸੁਸ਼ੀਲ ਰਿੰਕੂ 3 ਸਾਲਾਂ 'ਚ 3 ਪਾਰਟੀਆਂ ਬਦਲੀਆਂ। ਕਾਂਗਰਸ 'ਚ 2022 ਦੀ ਵਿਧਾਨ ਸਭਾ ਚੋਣ ਸ਼ੀਤਲ ਨੁੰਗਰਾਲ ਦੇ ਸਾਹਮਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਜੋਂ ਹੈ ਰਿੰਕੂ ਅਤੇ ਸ਼ੀਤਲ ਨੇ ਲੜੀ। ਸੋ ਸ਼ੀਤਲ ਨੁੰਗਰਾਲ ਦੇ ਸਾਹਮਣੇ ਸੁਸ਼ੀਲ ਰਿੰਕੂ 2022 ਦੇ ਵਿੱਚ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦਾ ਉਮੀਦਵਾਰ ਸੀ। ਕਾਂਗਰਸ ਤੋਂ ਚੋਣ ਲੜਨ ਤੋਂ ਬਾਅਦ ਲੋਕ ਸਭਾ ਦੀ ਜ਼ਿਮਨੀ ਚੋਣ ਆ ਗਈ ਅਤੇ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਆਮ ਆਦਮੀ ਪਾਰਟੀ ਸ਼ਾਮਿਲ ਹੋ ਕੇ ਮੈਂਬਰ ਪਾਰਲੀਮੈਂਟ ਬਣ ਗਏ। 2024 ਲਈ ਫਿਰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲ ਗਈ, ਪਰ ਸਣੇ ਟਿਕਟ ਭਾਜਪਾ ਸ਼ਾਮਿਲ ਹੋ ਗਏ। ਸੋ 1 ਸਾਲ ਦੇ ਵਿੱਚ ਹੀ 365 ਦਿਨਾਂ, ਮਤਲਬ 365 ਦਿਨਾਂ ਦੇ ਵਿੱਚ 1 ਸਾਲ 'ਚ 1 ਪਾਰਟੀ, ਦੂਏ 365 ਦਿਨਾਂ 2 ਪਾਰਟੀ, ਤੀਏ 365, 3 ਸਾਲਾਂ 'ਚ 3 ਪਾਰਟੀਆਂ, ਕਾਂਗਰਸ, ਆਪ ਅਤੇ ਹੁਣ ਭਾਜਪਾ, ਸੁਸ਼ੀਲ ਰਿੰਕੂ। ਚਲੋ, ਆਮ ਚੋਣਾਂ ਸਮੇਂ ਬਹੁਜਨ ਸਮਾਜ ਪਾਰਟੀ ਤੋਂ ਸਫ਼ਰ ਸ਼ੁਰੂ ਕਰਨ ਵਾਲੇ ਅਤੇ ਉਸ ਸਮੇਂ ਅਕਾਲੀ ਦਲ ਦੇ ਲੀਡਰ ਪਵਨ ਕੁਆਂਟੀ ਨੂੰ ਨੇ ਪਾਰਟੀ ਬਦਲੀ। ਬਹੁਜਨ ਸਮਾਜ ਪਾਰਟੀ ਦਾ ਨਾਮਵਰ ਲੀਡਰ ਪਵਨ ਕੁਆਂਟੀ ਨੂੰ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ 'ਚ ਗਿਆ। ਅਤੇ ਆਹ ਜਦੋਂ ਹੁਣ 2024 ਦੀ ਆਮ ਚੋਣਾਂ ਆਈਆਂ, ਉੱਧਰ MLA ਰਿਹਾ, ਸਾਰਾ ਕੁਛ ਵੀ ਰਿਹਾ, ਦੁਬਾਰਾ ਵੀ ਟਿਕਟਾਂ ਮਿਲਦੀਆਂ ਰਹੀਆਂ, ਪਰ 2024 ਦੇ ਸਮੇਂ ਆਪ 'ਚ ਆ ਗਏ। ਆਪ 'ਚੋਂ ਟਿਕਟ ਵੀ ਮਿਲ ਗਈ, ਪਰ ਗੱਲ ਤਾਂ ਵੀ ਨਹੀਂ ਬਣੀ ਪਵਨ ਕੁਆਂਟੀ ਨੂੰ। ਦਲ ਬਦਲੀ ਜਲੰਧਰ, ਸਾਰੀ ਉਮਰ ਕਾਂਗਰਸ ਨਾਲ ਬਿਤਾਈ ਮਹਿੰਦਰ ਸਿੰਘ KP ਹੋਰਾਂ ਨੇ, ਪਰ ਇਸ ਵਾਰ ਜਦੋਂ ਉਹਨਾਂ ਨੇ ਟਿਕਟ ਨਹੀਂ ਦਿੱਤੀ, ਟਿਕਟ ਚਰਨਜੀਤ ਚੰਨੀ ਨੂੰ ਮਿਲ ਗਈ, ਤਾਂ ਮਹਿੰਦਰ ਸਿੰਘ KP ਅਕਾਲੀ ਦਲ ਨੂੰ ਚੱਲ ਗਏ, ਅਕਾਲੀ ਦਲ ਨੇ ਟਿਕਟ ਵੀ ਦਿੱਤੀ। ਸੋ ਇਹ ਦਲ ਬਦਲੀ ਵੀ ਜਲੰਧਰ 'ਚ। ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਨਾਲ ਜ਼ਿਮਨੀ ਚੋਣ ਹੋਈ ਸੀ ਲੋਕ ਸਭਾ ਦੀ। ਸੋ ਜ਼ਿਮਨੀ ਚੋਣ ਦੇ ਸਮੇਂ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਬਕਾਇਦਾ ਕਾਂਗਰਸ ਨੇ ਟਿਕਟ ਦਿੱਤੀ, ਪਰ ਬੀਬੀ ਨਹੀਂ ਜਿੱਤੀ। ਫਿਰ 2024 'ਚ ਟਿਕਟ ਨਹੀਂ ਮਿਲੀ ਅਤੇ ਦਲ ਬਦਲੀ ਕੀਤੀ ਬੀਬੀ ਭਾਜਪਾ 'ਚ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਇਸ ਜ਼ਿਮਨੀ ਚੋਣ ਦੇ ਉਮੀਦਵਾਰ ਮਹਿੰਦਰ ਸਿੰਘ ਭਗਤ ਚੁੰਨੀ ਲਾਲ ਦੇ ਮੁੰਡੇ ਭਾਜਪਾ ਵਾਲੇ ਪਾਸਿਓਂ ਆਏ ਨੇ। ਆ ਜਿਹੜੀ ਜ਼ਿਮਨੀ ਚੋਣ ਜਲੰਧਰ ਪੱਛਮੀ ਦੀ ਗੱਲ ਕਰ ਰਹੇ, ਉਹਦੇ ਵਿੱਚ ਵੀ ਆਪ ਕੋਲ ਵੀ ਦਲ ਬਦਲੀ ਵਾਲਾ ਲੀਡਰ। ਜਲੰਧਰ ਦੇ ਸਾਬਕਾ ਡਿਪਟੀ ਮੇਅਰ ਨੇ ਜੀ ਕਮਲਜੀਤ ਭਾਟੀਆ ਅਕਾਲੀ ਦਲ ਤੋਂ ਆਪ 'ਚ ਆਏ ਸੀ, ਫਿਰ ਭਾਜਪਾ 'ਚ ਚਲੇ ਗਏ ਸੀ, ਹੁਣ ਫਿਰ ਮੁੜ ਕੇ ਆਪ 'ਚ ਆ ਗਏ। ਕਾਂਗਰਸ ਦਾ ਸਾਬਕਾ MC ਜਗਦੀਸ਼ ਸਮਰਾਏ ਦਲ ਬਦਲ ਕੇ ਭਾਜਪਾ 'ਚ ਸ਼ਾਮਿਲ ਹੋਇਆ, ਫਿਰ 1 ਮਹੀਨੇ 'ਚ ਪਾਰਟੀ ਬਦਲ ਕੇ ਆਪ 'ਚ ਸ਼ਾਮਿਲ ਹੋ ਗਿਆ। ਕਾਂਗਰਸ ਤੋਂ ਭਾਜਪਾ, ਭਾਜਪਾ 'ਚੋਂ 1 ਮਹੀਨਾ ਵੀ ਨਹੀਂ ਕੱਟਿਆ ਕਿ ਫਿਰ ਇੱਧਰ ਜੀ ਆਮ ਆਦਮੀ ਪਾਰਟੀ। ਸੋ ਇੰਝ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਜ਼ਿਮਨੀ ਲੋਕ ਸਭਾ ਦੀ ਜ਼ਿਮਨੀ ਚੋਣ ਤੱਕ, ਅਤੇ ਫਿਰ ਆਮ ਲੋਕ ਸਭਾ ਚੋਣਾਂ ਤੱਕ, ਅਤੇ ਹੁਣ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਤੱਕ, ਇੰਨੀਆਂ ਦਲ ਬਦਲੀਆਂ ਜਲੰਧਰ 'ਚ ਕਿ ਹਿਸਾਬ ਇਹ ਨਹੀਂ ਲੱਗਦਾ ਕਿ ਦਲ ਬਦਲੂਆਂ ਦਾ ਸ਼ਹਿਰ ਬਣ ਕੇ ਰਹਿ ਗਿਆ ਜਲੰਧਰ।